ਬੀਤੇ ਦਿਨੀ ਹਥਿਆਰਾਂ ਦੀ ਨੋਕ ਤੇ ਫਾਸਟੈਗ ਵੇਚਣ ਵਾਲੇ ਨੌਜਵਾਨਾਂ ਕੋਲੋਂ ਲੁੱਟ ਖੋਹ ਕਰਨ ਵਾਲੇ 4 ਨੌਜਵਾਨ ਲੁਟੇਰੇ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਕਾਬੂ ਕੀਤੇ ਨੌਜਵਾਨਾਂ ਕੋਲੋਂ ਨਕਲੀ ਪਿਸਟਲ ਅਤੇ ਮਾਰੂ ਹਥਿਆਰ ਕਾਬੂ ਕੀਤੇ ਗਏ ਹਨ। ਗੌਰਤਲਬ ਹੈ ਕਿ ਇਹ ਨੌਜਵਾਨ ਨਕਲੀ ਪਿਸਟਲ ਦੀ ਨੋਕ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਪਿਸਟਲ ਉਹਨਾਂ ਵੱਲੋਂ ਆਨਲਾਈਨ ਐਪ ਦੁਆਰਾ ਮੰਗਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਕਾਬੂ ਕੀਤੇ ਨੌਜਵਾਨਾਂ ਵਿੱਚੋਂ 2 ਨੌਜਵਾਨ ਗੋਇੰਦਵਾਲ ਸਾਹਿਬ ਦੇ ਨਜ਼ਦੀਕੀ ਪਿੰਡ ਤੁੜ ਦੇ ਰਹਿਣ ਵਾਲੇ ਹਨ ਅਤੇ ਅਮੀਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਇਸ ਮੌਕੇ SHO ਹਰਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ 'ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਕੋਲੋਂ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਵੀ ਕੀਤੀ ਜਾਵੇਗੀ ਕਿ ਇਹਨਾਂ ਨੌਜਵਾਨਾਂ ਨੇ ਹੋਰ ਕਿਹੜੀ ਕਿਹੜੀ ਘਟਨਾ ਨੂੰ ਅੰਜਾਮ ਦਿੱਤਾ ਹੈ। ਕਾਨਫਰੰਸ ਹੈ, ਇਹਦੇ 'ਚ ਅਸੀਂ 4 ਦੋਸ਼ੀ ਜਿਹੜੇ ਆ ਖੜ੍ਹੇ ਆ, ਜਿਨ੍ਹਾਂ ਨੇ 19 ਤਰੀਕ ਨੂੰ ਥਾਣਾ ਸਦਰ ਦੀ ਹੱਦ ਦੇ ਵਿੱਚ ਇੱਕ ਮੋਟਰਸਾਈਕਲ ਵਾਲੇ ਤੋਂ 16,000 ਰੁਪਇਆ ਅਤੇ 3 ਮੋਬਾਈਲ ਪਿਸਤੌਲ ਦੀ ਨੋਕ 'ਤੇ ਹੋਏ ਸੀਗੇ। ਜੋ ਸਾਡੇ 20 ਤਰੀਕ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਗੋਇੰਦਵਾਲ ਸਾਹਿਬ ਦੇ ਏਰੀਏ ਦੇ ਵਿੱਚ ਵੀ ਵਾਰਦਾਤ ਕਰ ਸਕਦੇ ਆ, ਜਿਸ ਦੇ ਇਲਾਕੇ ਦੇ ਥਾਣੇ ਦੇ ਏਰੀਏ ਵਿੱਚ ਨਾਕਾਬੰਦੀ ਕੀਤੀ ਗਈ ਅਤੇ ਉਹਨਾਂ ਨੂੰ ਨਾਕੇ 'ਤੇ ਕਾਰ ਸਮੇਤ ਉੱਥੋਂ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਨੰਬਰ 13/22/1 ਜੁਰਮ 411/414 IPC ਥਾਣਾ ਗੋਇੰਦਵਾਲ ਸਾਹਿਬ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਜਿਹੜਾ ਇਹਨਾਂ ਕੋਲ ਜਿਹੜਾ ਉਸ ਟਾਈਮ 'ਤੇ ਵਰਤਿਆ ਗਿਆ ਖਡੌਣਾ ਪਿਸਟਲ, ਕਿਰਚ, ਬੇਸਬਾਲ ਅਤੇ 3 ਮੋਬਾਈਲ ਜਿਹੜੇ ਰਿਕਵਰ ਹੋਏ ਆ। ਹੁਣ ਇਹ ਸਾਡੇ ਕੋਲ 4 ਦੋਸ਼ੀ ਲਵਪ੍ਰੀਤ ਸਿੰਘ, ਜਗਰੂਪ ਸਿੰਘ, ਕਰਮਜੀਤ ਸਿੰਘ ਅਤੇ ਗੁਰਪਾਲ ਸਿੰਘ ਜੀ ਦੇ ਰਿਮਾਂਡ ਹੈ ਅਤੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ। ਤਰਨ ਤਾਰਨ ਤੋਂ ਦਿਲਬਾਗ ਸਿੰਘ, ਜੀਵੇ ਪੰਜਾਬ TV।